स्वागत है जी थोड़ा साढ़े चैनल ते। इस वीडियो नू लाइक करो अते इस लाल रंग दे बटन ते क्लिक करके सब्सक्राइब करो साढ़े चैनल नू अते नाल दिते गए बैल आइकन नू भी जरूर दबाओ ताकि तुहानू लेटेस्ट वीडियोज़ दी नोटिफिकेशन सब तो पहला मिल सकन। ਲਿਟਿਆ ਪਿਆ ਆਰਾਮ ਨਾਲ 9 ਵਜੇ ਤੱਕ ਨਹੀਂ ਉੱਠਦਾ ਮੈਂ ਸਮਾਂਗੋ ਪਿਆ ਬੈੱਡ ਤੇ ਲਿਟਿਆ ਪੈਣੇ ਆ ਦੇਖੀ ਮੇਰੇ ਬੂਟ ਧੋਦੇ ਲਿਪੜੇ ਪਏ ਦੇਖੀ ਮੈਂ ਫੰਕਸ਼ਨ ਤੇ ਜਾਣਾ ਮੈਂ ਤਾਂ ਚੜੇ ਲਾ ਮੈਂ ਤਾਂ ਨਹੀਂ ਧੋਂਦੀ ਦੇਖੀ ਧੋ ਰਹੇ ਉਹਦਾ ਮੈਂ ਮਜ਼ਾਕ ਕਰਦਾ ਸੀ ਆਪੇ ਧੋ ਲੈ ਮੈਂ ਮੰਮੀ ਨੂੰ ਕਹਿਣਾ ਜਾ ਕਹਿ ਦੇ ਫਿਰ ਮੰਮੀ ਨਾਵੇਂ ਕੀ ਹੋ ਗਿਆ ਤੈਨੂੰ ਕੀ ਲੱਛਣ ਕਰਦਾ ਤੂੰ ਅੱਜ ਐਤਵਾਰ ਅੱਜ ਕੋਈ ਕੰਮ ਕਰ ਲਿਆ ਕਰਦਾ ਮੰਮੀ ਬੂਟ ਨਹੀਂ ਧੋਤੀ ਉਹ ਤੂੰ ਆਪ ਨਹੀਂ ਧੋ ਸਕਦਾ ਆਪ ਕੀ ਕਰਦਾ ਵਿਹਲਾ ਬੈਠਾ ਇਸ ਆਰਾਮ ਨਾਲ ਲੈ 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 ਤੂੰ ਤਾਂ ਰੋਣ ਹੀ ਲੱਗ ਗਿਆ ਲੈ ਦੇ ਦੇ ਮੈਂ ਧੋ ਦੇਣੀ ਬਸ ਮੈਂ ਨਹੀਂ ਮੈਂ ਤਾਂ ਆਪ ਧੋ ਲੂਗਾ आ गई भूतनी कॉलेज तो मैं आ गई कॉलेज तो तू सारा दिन फोन ची बड़िया रहना ਛੱਡ ਵੀ ਦਿਆ ਕਰੇ ਇਹਨੂੰ ਮੈਨੂੰ ਵੀ ਹੁਣ ਸਕੂਟੀ ਦਵਾ ਦੋ ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸਕੂਟੀ ਹੈ ਮੇਰੇ ਕੋਲ ਹੀ ਨਹੀਂ ਹੈਗੀ ਨਾਲ ਮੈਂ ਟਿਊਸ਼ਨ ਵੀ ਆਪੇ ਚਲੇ ਜਾਇਆ ਕਰੂੰ ਇਹ ਸੜੇ ਜਿਹਨੂੰ ਕਹਿਣ ਦੀ ਲੋੜ ਨਹੀਂ ਭੇਜਾਂ ਤੈਨੂੰ ਮੈਂ ਸਕੂਟਰੀ ਤੇ ਆਂਦੇ ਤਾਂ ਤੈਨੂੰ ਸਾਈਕਲ ਨਹੀਂ ਚਲਾਉਣਾ ਸਿੱਧਾ ਉੱਥੋਂ ਸੜਕ ਤੋਂ ਖੁਰਚਣੇ ਨਾਲ ਲਾਣੀ ਪਊਗੀ ਮੰਮੀ ਕੋਈ ਲੋੜ ਨਹੀਂ ਹੈਗੀ ਨਾ ਸਕੂਟਰੀ ਦਵਾਉਣ ਦੀ ਡੈਡੀ ਲੈ ਕੇ ਜਾਂਦਾ ਤੈਨੂੰ ਨਾਲੇ ਮੈਂ ਵੀ ਤਾਂ ਤੈਨੂੰ ਛੱਡਿਆ ਨਾ ਉਹਨਾਂ ਤੈਨੂੰ ਕੀ ਲੋੜ ਹੈ ਸਕੂਟੀ ਦੀ ਮੰਮੀ ਕੋਈ ਲੋੜ ਨਹੀਂ ਹੈਗੀ ਐਵੇਂ ਮਾਰਦੀ ਹੈ ਚੱਲ ਮਰ ਮੁਰ ਜਾਊਗੀ ਫਿਰ ਦੇਖੇਂਗੀ ਆਣ ਵਾਲਾ ਦੇਖੀ ਮੰਮੀ ਸੜਿਆ ਤਾਂ ਮੈਨੂੰ ਕੁਛ ਨਹੀਂ ਕਰਨ ਦਿੰਦਾ ਦਵਾ ਦੇਣਾ ਸਕੂਟੀ
ਖਾ ਲੈਂਦੇ ਆ ਰੋਟੀ। ਹਾਂ ਪੂਜਾ ਆ ਗਿਆ, ਆ ਗਿਆ, ਮੈਂ ਹੁਣੇ ਆ ਗਿਆ। ਪੂਜਾ ਕਿਵੇਂ ਆ, ਕੀ ਕਰਦੀ ਸੀ? ਡੋਂਟ ਡਿਸਟਰਬ ਮੀ, ਮੈਂ ਪੜ੍ਹਦੀ ਸੀ। ਕੀ ਗੱਲ, ਬੜੀ ਛੇਤੀ ਉੱਠ ਗਿਆ, ਕੀ ਹੋ ਗਿਆ ਤੈਨੂੰ? ਉਦੋਂ ਤਾਂ ਮੈਂ ਠਾਂਦੀ ਸੀ, ਉਦੋਂ ਤਾਂ ਉੱਠਿਆ ਨਹੀਂ, ਹੁਣ ਕੀ ਹੋ ਗਿਆ? ਉਹ ਕੰਮ ਆ ਮੈਨੂੰ ਫਿਰ, ਉਹ ਪਤਾ ਹੈ ਮੈਨੂੰ ਕਿਹੜੇ ਕੰਮ ਸੀ ਤੈਨੂੰ? ਪੂਜਾ ਕੌਣ ਹੈ? ਉਹ ਕੌਣ, ਪੂਜਾ ਕੌਣ? ਹੁਣ ਪੂਪੂ ਨਾ ਕਰ, ਸਭ ਪਤਾ ਹੈ ਮੈਨੂੰ, ਦੱਸ ਦੀ ਹਾਂ ਮੈਂ ਮੰਮੀ ਨੂੰ। ਪਾਗਲ ਹੋ ਰਹੀ ਆ ਤੂੰ, ਚੱਲ ਮੈਂ ਤੈਨੂੰ ਛੱਡ ਕੇ ਆਉਂਦਾ, ਫੌਜੀ ਲੈ ਕੇ ਵੀ ਆਊਂਗਾ। ਹੁਣ ਤਾਂ ਨੀ ਦੱਸਦੀ ਹੈਗੀ ਮੰਮੀ ਨੂੰ ਕੁਛ ਵੀ? ਨਹੀਂ ਦੱਸਦੀ। ਹਾਂ ਦੱਸੀ ਨਾ ਦੇਖੀ। ਮੰਮੀ ਆ ਤੁਹਾਡਾ ਮੁੰਡਾ ਆਸ਼ਕੀਆਂ ਕਰਦਾ ਫਿਰਦਾ, ਪਤਾ ਨੀ ਕਿਹੜੀਆਂ ਪੂਜਾ ਸ਼ੂਜਾ ਨਾਲ ਗੱਲਾਂ ਮਾਰਦਾ। ਭੈਣੇ ਮੇਰੀ ਗੱਲ ਸੁਣੋ, ਦੇਖੀ ਆ ਮੇਰੇ ਨੋਟਸ ਬਣਾ ਦੇ, ਦੇਖੀ ਮਾੜੇ ਜੀ। ਚਾਕਲੇਟ ਲਿਆ ਕੇ ਦਊ ਨਾਲੇ ਚਿਪਸ। ਮੇਰਾ ਮਤਲਬ ਦੇਖੀ ਮੋੜ ਦੂੰਗਾ ਤੈਨੂੰ, ਕੱਲ ਨੂੰ ਲਿਆ ਦੇ ਦੀ, ਮੈਂ ਕੱਲ ਲਿਆ ਦਿੰਦਾ। ਮੈਂ ਨਹੀਂ, ਫਿਰ ਕੰਮ ਤਾਂ ਕਰੇਂਗੀ ਹੁਣ? ਮੇਰਾ ਕੰਮ ਤਾਂ ਨਹੀਂ, ਮੈਂ ਨਹੀਂ ਕਰਨਾ ਖਾਣਾ। ਦੇਖੀ ਬਣਾ ਦੇ। ਮੈਂ ਨਹੀਂ ਬਣਾਣਾ, ਆਪੇ ਬਣਾ ਲੈ। ਬਣਾ ਦੇ ਤੁਸੀਂ, ਜਾ ਬਣਾ ਦੂੰਗੀ, ਦਿਮਾਗ ਨਾ ਖਾ। ਹਾਂ ਦੇਖੀ ਕਿੰਨੀ ਸਾਲ ਹੋ ਗਈ ਮੇਰੀ ਭੈਣ, ਉਹ ਆ ਗਿਆ ਤੇਰਾ ਬੁੜਾ ਦਾਰੂ ਪੀ ਕੇ। ਡੈਡੀ ਇੱਕ
ਕੀ ਆ ਤੂੰ ਚੁਗੀ ਨਹੀਂ ਵੱਡੀ ਨਹੀਂ ਆ ਡੈਡੀ ਦੇਖ ਲੋ ਪੰਗੇ ਲੈ ਜਾਂਦਾ ਕੀਰਾ ਮੇਰੇ ਨਾਲ ਉਹ ਮੈਂ ਗੱਲ ਪੁੱਛ ਲੈ ਉਹ ਤੂੰ ਹੜਦਾ ਨਹੀਂ ਓਏ ਤੈਨੂੰ ਆਪਦਾ ਪੜਾਈ ਦੇ ਦੋ ਅੱਖਰ ਨਹੀਂ ਆਉਂਦੇ ਤੂੰ ਮੇਰੀ ਕੁੜੀ ਦਾ ਪੜ ਲੈਂਦੇ ਇਹਨੇ ਨੋਟਸ ਵੀ ਮੇਰੇ ਤੋਂ ਬਣਵਾਏ ਨੇ ਅੱਛਾ ਸਾਲਾ ਬਿੱਲਾ ਆਪ ਤਾਂ ਡੱਕਾ ਤੋੜਦਾ ਨਹੀਂ ਨੋਟਸ ਵੀ ਕੁੜੀ ਤੋਂ ਬਣਵਾ ਰਿਹਾ ਹੈ ਚੱਲ ਤੂੰ ਮੇਰੇ ਨਾਲ ਚੱਲ ਖੇਤਾਂ 'ਚ ਖਿੱਚਦਾ ਤੈਨੂੰ ਮੈਂ ਫਿਰ ਪਤਾ ਲੱਗੂ ਤੈਨੂੰ ਬਾਹਰ ਗਰਮੀ ਕੀ ਹੁੰਦੀ ਆ ਉਹ ਡੈਡੀ ਮੈਂ ਤਾਂ ਪੜਦਾ ਐ ਤਾਂ ਵੀ ਮਰ ਜਾਂਦੀ ਆ ਚੱਲ ਤੂੰ ਬਿੱਲ ਦੇ ਚੱਲ ਉੱਥੇ ਤੇਰੀ ਮਾਂ ਨਾਲ ਕੰਮ ਕਰਾ ਜਾ ਕੇ ਰੋਟੀ ਲੈ ਕੇ ਆ ਮੇਰੇ ਵਾਸਤੇ ਤੂੰ ਪੜ ਮੇਰਾ ਸ਼ੇਰ ਪੁੱਤ ਕੁੜੀਆਂ ਦੀ ਬਸ
ਇਹਨੂੰ ਪੁੱਛਿਆ ਇੱਕ ਵਾਰ ਵੀ ਇਹ ਅੱਗੇ ਕੀ ਕਰਨਾ ਚਾਹੁੰਦੀ ਆ, ਚੁੱਪ ਕਰਕੇ ਕਹਿੰਦਾ ਵਿਆਹ ਕਰ ਦਿਓ। ਅਜੇ ਹੈਗੀ ਵੀ ਆ ਵਿਆਹ ਵਾਲੀਆਂ ਜ਼ਿੰਮੇਵਾਰੀਆਂ ਸਾਂਭਣ ਨੂੰ ਕੀ ਹੈ। ਜੌਬ ਕਰਨ ਨੂੰ ਕੀ ਹੈ ਪੁੱਤ, ਬਾਹਰ ਮਾਹੌਲ ਨਹੀਂ ਠੀਕ ਹੈਗਾ, ਜਾਂ ਤਾਂ ਇਹਨੂੰ ਆਈਲੈਟਸ ਕਰਵਾ ਦੇਣੇ ਆ, ਆਈਲੈਟਸ ਕਰ ਲਵੇ, ਕੈਨੇਡਾ ਭੇਜ ਦਿੰਦੇ ਆ। ਆਹੋ ਇਹ ਵਧੀਆ, ਇੱਥੇ ਤੁਸੀਂ ਆਪਣੀ ਕੁੜੀ ਨੂੰ ਘਰੋਂ ਬਾਹਰ ਤੱਕ ਨਹੀਂ ਕੱਢਦੇ, ਜਦੋਂ ਗੱਲ ਕੈਨੇਡਾ ਜਾਣ ਦੀ ਆਉਂਦੀ ਆ ਫਿਰ ਸਿੱਧੇ ਇੰਨੀ ਦੂਰ ਮਾਰ ਦਿਓ ਚੱਕ ਕੇ, ਫਿਰ ਉੱਥੇ ਕਿਵੇਂ ਮਾਹੌਲ ਠੀਕ ਹੋ ਜਾਂਦਾ, ਉੱਥੇ ਤੁਹਾਨੂੰ ਕੀ ਪਤਾ ਕਿਵੇਂ ਦਾ ਮਾਹੌਲ ਆ। ਜੇ ਥੋੜ੍ਹੀ ਆਜ਼ਾਦੀ ਦਿਓ ਆਪਣੀ ਧੀ ਨੂੰ, ਉਹ ਇੱਥੇ ਬਹੁਤ ਕੁਛ ਅਚੀਵ ਕਰ ਸਕਦੀ ਆ, ਪਰ ਨਹੀਂ, ਤੁਹਾਨੂੰ ਤਾਂ ਇੱਕੋ ਚੀਜ਼ ਦਿਖਦੀ ਆ, ਕੁੜੀ ਨੇ ਪੜ੍ਹਾਈ ਕਰੀ, ਬਸ ਹੁਣ ਇਹਦਾ ਵਿਆਹ ਕਰ ਦਿਓ, ਚਾਹੇ ਅੱਗੇ ਜਿਸ ਨਾਲ ਵਿਆਹ ਹੋਵੇ ਪਤਾ ਨਹੀਂ ਕਿਹੋ ਜਿਹਾ ਹੋਵੇ ਮੁੰਡਾ, ਕਿਹੋ ਜਿਹਾ ਨਾ, ਪਰ ਨਹੀਂ, ਆਪਣੇ ਲੋਕਾਂ ਕੋਲ ਤਾਂ ਬਸ ਇੱਕੇ ਆਪਸ਼ਨ ਰਹਿ ਗਈ ਵਿਆਹ। ਉਹ ਜੇ ਕਿਤੇ ਜੌਬ ਕਰੂਗੀ ਤਾਂ ਹੀ ਇੰਡੀਪੈਂਡੈਂਟ ਹੋਊਗੀ, ਆਪਣੀਆਂ ਜ਼ਿੰਮੇਵਾਰੀਆਂ ਆਪ ਤਾਂ ਚੱਕੂਗੀ, ਜਦੋਂ ਆਪਣੀਆਂ ਜ਼ਿੰਮੇਵਾਰੀਆਂ ਆਪ ਚੱਕੂਗੀ ਤਾਂ ਵਧੀਆ ਰਿਸ਼ਤੇ ਆਪ ਚੱਲ ਕੇ ਆਉਣਗੇ ਘਰੇ। ਵਿਆਹ ਵਿਆਹ ਨਾ ਕਰਿਆ ਕਰੋ, ਕੁੜੀਆਂ ਨੂੰ ਕੁਛ ਕਰ ਲੈਣ ਦਿਆ ਕਰੋ। ਕੋਈ ਗੱਲ ਨੀ ਪੁੱਤ, ਹੁਣੇ ਕਿਉਂ ਹੋਇਆ ਵਿਆਹ ਕਰ ਨੂੰ, ਤੂੰ ਕਰ ਮੇਰਾ ਸ਼ੇਅਰ ਜੋ ਕਰਨਾ, ਹੈ ਨਾ, ਮੈਂ ਤੇਰੇ ਨਾਲ ਹਾਂ। ਹਾਂ ਤੇ ਇਹ ਹੁਣ ਤਾਂ ਕੁਛ ਕਰਕੇ ਦਿਖਾਉਣਾ, ਅਸੀਂ ਸਾਰੇ ਤੇਰੇ ਨਾਲ ਹੈ। ਪੈਸੇ ਟੱਕਣ ਨੂੰ ਫਿਰਦੀਆਂ, ਦੇਖ ਲਾ, ਲੈ ਮੰਨ ਲੈ। ਤੇਰੀ ਬੋਤਲ ਵਾਲੇ ਗਏ ਪੈਸੇ ਡੈਡੀ, ਜਿਉਂਦੀ ਰਹਿ। ਥੈਂਕ ਯੂ ਵੀਰੇ, ਮੇਰੇ ਨਾਲ ਖੜਨ ਲਈ, ਮੰਮੀ ਡੈਡੀ ਨੂੰ ਸਮਝਾਉਣ ਲਈ। ਲੈ ਮੈਂ ਪਾਗਲ ਆ ਤੇਰੇ ਨਾਲ ਖੜੂਗਾ, ਤੂੰ ਮੇਰਾ ਕੰਮ ਕੁੰਮ ਕਰ ਦਿੰਦੀ ਆ, ਬੂਟ ਬਾਟ ਧੋ ਦਿੰਦੀ ਆ, ਮੈਨੂੰ ਹੋਰ ਕੀ ਚਾਹੀਦਾ, ਇੰਨਾ ਸੌਖਾ ਜਿਹਾ ਥੋੜ੍ਹੀ ਜਾਣ ਦਊਗਾ ਤੈਨੂੰ ਮੈਂ, ਨਾਲੇ ਅੱਜ ਤਾਂ ਨਹਾ ਦਿੰਦੀ ਰੱਖੜੀਆਂ ਨੇ, ਮੁਸ਼ਕ ਮਾਰੀ ਜਾਂਦੀ ਆ, ਇਹਨੂੰ ਮਾਰ ਲਿਆ ਕਰੋ ਯਾਰ। ਹਾਏ ਸੜਿਆ ਹੋਇਆ ਪੁੱਤ, ਇਹਨੂੰ ਮੈਂ ਦੱਸਦੀ ਆ। ਹਾਂਜੀ, ਕਿਵੇਂ ਲੱਗੀ ਤੁਹਾਨੂੰ ਵੀਡੀਓ, ਨੀਚੇ ਕਮੈਂਟਸ 'ਚ ਜ਼ਰੂਰ ਦੱਸਿਓ, ਅਤੇ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਆਪਣੇ ਫਰੈਂਡਸ ਨਾਲ, ਫੈਮਿਲੀ ਨਾਲ, ਅਤੇ ਆਪਣੇ ਭੈਣ ਭਾਈਆਂ ਨਾਲ, ਅਤੇ ਮੀਸ਼ੋ ਐਪ ਨੂੰ ਜ਼ਰੂਰ ਇੰਸਟਾਲ ਕਰੋ, ਇਸ ਐਪ 'ਚ ਤੁਸੀਂ ਬਹੁਤ ਆਸਾਨੀ ਨਾਲ ਪੈਸੇ ਕਮਾ ਸਕਦੇ ਹੋ, ਅਤੇ ਲਿੰਕ ਮੈਨੇ ਇਸਦਾ ਡਿਸਕ੍ਰਿਪਸ਼ਨ 'ਚ ਦੇ ਦਿੱਤਾ ਆ, ਉਸ ਲਿੰਕ 'ਤੇ ਜਾ ਕੇ ਤੁਸੀਂ ਇਸ ਐਪ ਨੂੰ ਇੰਸਟਾਲ ਕਰ ਸਕਦੇ ਹੋ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਲਾਲ ਬਟਨ ਨੂੰ ਪ੍ਰੈਸ ਕਰਕੇ, ਅਤੇ ਬੈਲ ਆਈਕਨ ਪ੍ਰੈਸ ਕਰ ਲਓ, ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸਿਰ ਮਿਲ ਸਕਣ। ਐਂਡ ਜਿਹੜੇ ਇੰਸਟਾਗ੍ਰਾਮ ਯੂਜ਼ ਕਰਦੇ ਨੇ, ਉਹ ਆ ਯੂਜ਼ਰ ਨੇ ਮਾਰਿਆ ਨੀਚੇ, ਇਸ ਯੂਜ਼ਰਨੇਮ 'ਤੇ ਜਾ ਕੇ ਤੁਸੀਂ ਇੰਸਟਾਗ੍ਰਾਮ 'ਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰੋ, ਤਾਂ ਕਿ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਨਵੇਂ ਅਪਡੇਟਸ ਮਿਲਦੇ ਰਹਿਣ, ਅਤੇ ਲਵ ਯੂ ਸਭ ਨੂੰ, ਜਿਉਂਦੇ ਵੱਸਦੇ ਰਹੋ, ਰੱਬ।